ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਤੁਹਾਨੂੰ ਪਹਿਲਾ ਇੱਕ ਨਜ਼ਰ ਚੋਂ ਲਿਆ ਖਬਰਾਂ ਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤੇ 10 ਸੂਬੇ ਦੀਆਂ 54 ਵਿਧਾਨ ਸਭਾ ਜਿੰਨੀ ਚੋਣਾਂ ਲਈ મતદાન ਜਾਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਬੁਲ ਯੂਨੀਵਰਸਿਟੀ ਵਿੱਚ ਹੋਏ ਹਮਲੇ ਦੀ ਨਿਖੇਦੀ ਕਰਦਿਆਂ ਇਸ ਨੂੰ ਕਾਇਰਾਨਾ ਹਮਲਾ ਘਰਾੜ ਦਿੱਤਾ ਹੈ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਜ਼ਿਰਖਪੁਰ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨਵੇਂ ਖੇਤਰੀ ਕੇਂਦਰ ਦਾ ਵਰਚੁਅਲ ਮਾਧਿਅਮ ਰਾਹੀਂ ਕੀਤਾ ਉਦਘਾਟਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਮੂੜ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਪੋਜ਼ਿਟਿਵ ਕੋਵਿਡ ਮਰੀਜ਼ਾਂ ਦੇ ਸੰਪਧੀਆਂ ਦੀ ਜਾਂਚ ਦਾ ਦਾਇਰਾ 15 ਵਿਅਕਤੀਆਂ ਤੱਕ ਵਧਾਉਣ ਦੇ ਹੁਕਮ ਕੀਤੇ ਜਾਰੀ। ਦਿੱਲੀ ਵਿੱਚ ਕਰੋਨਾ ਮਹਾਮਾਰੀ ਦੇ ਵੱਧਦੇ ਮਾਮਲੇ ਦੇ ਮੱਦੇਨਜ਼ਰ ਕੇਂਦਰੀ ગૃહ ਸਕੱਤਰ ਅਜੇ ਪੱਲਾ ਨੇ ਇੱਕ ਮੀਟਿੰਗ ਦੌਰਾਨ ਤਾਜ਼ਾ ਸਥਿਤੀ ਦੀ ਕੀਤੀ ਸਮੀਖਿਆ ਤੇ ਵਿੱਤ ਮੰਤਰਾਲੇ ਨੇ ਸੂਬਿਆਂ ਨੂੰ GST ਮੁਆਵਜ਼ਾ ਤੇ CSS ਦੀ ਕਮੀ ਨਾਲ ਨਜਿੱਠਣ ਲਈ 6000 ਕਰੋੜ ਰੁਪਏ ਦੀ ਦੂਜੀ ਕਿਸ਼ਤ ਕੀਤੀ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ বিহার ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤੇ 10 ਸੂਬੇ ਦੀਆਂ 54 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ મતદાન ਜਾਰੀ ਹੈ বিহার ਵਿੱਚ ਦੂਜੇ ਪੜਾਅ ਤਹਿਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ મતદાન ਵਿੱਚ ਸਵੇਰੇ 11 ਵਜੇ ਤੱਕ 19.26 ਫੀਸ ਦੇ ਮਤਦਾਨ ਹੋਣ ਦੀਆਂ ਖਬਰਾਂ ਮਿਲੀਆਂ ਨੇ ਇਸ ਪੜਾਅ ਤਹਿਤ ਪਟਨਾ, ਵੈਸ਼ਾਲੀ, ਸੀਤਾਮੜੀ, ਦਰਬੰਗਾ ਅਤੇ ਮਧੂਵਨੀ ਸਮੇਤ 17 ਜ਼ਿਲ੍ਹਿਆਂ ਵਿੱਚ ਪੈਂਦੇ 94 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੁਆਈਆਂ ਜਾ ਰਹੀਆਂ ਨੇ ਕਈ ਬੂਥਾਂ ਤੇ ਅੱਜ ਸਵੇਰੇ ਸਵੇਰੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਵੋਟਰਾਂ ਨੇ ਮਾਸਕ ਪਾਏ ਹੋਏ ਸਨ ਦੋ ਗੱਜ ਦੀ ਦੂਰੀ ਰੱਖਦੇ ਆਂ ਵੋਟ ਪਾਉਣ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਕੁਝ ਕਰੋਨਾ ਮਰੀਜ਼ਾਂ ਨੇ ਪੀਪੀਈ ਕਿੱਟਾਂ ਪਾ ਕੇ ਚੋਣ ਬੂਥਾਂ ਤੇ ਵੋਟਾਂ ਪਾਈਆਂ। ਬਿਹਾਰ ਦੇ ਰਾਜਪਾਲ ਫੱਗੂ ਚੋਹਾਨ ਅੱਜ ਪਟਨਾ ਵਿੱਚ ਵੋਟ ਪਾਉਣ ਵਾਲੀਆਂ। ਵਲੋਂ ਵਿੱਚ ਪਹਿਲੇ ਵੋਟਰ ਸਨ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਵੀ ਪਟਨਾ ਵਿੱਚ ਵੋਟ ਪਾਈ। ਲੋਕਜਨ ਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨੇ ਵੀ ਅੱਜ ਸਵੇਰੇ ਸਵੇਰੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਪੜਾਅ ਤਹਿਤ ਸੂਬੇ ਦੇ ਕੋਈ 2.85 ਕਰੋੜ ਵੋਟਰ 1463 ਉਮੀਦਵਾਰਾਂ ਦੀ ਸਿਆਸੀ ਕਿਸਮ ਦਾ ਫੈਸਲਾ ਕਰਨਗੇ। ਇਹਨਾਂ ਚੋਣਾਂ ਲਈ 146 ਮਹਿਲਾ ਅਤੇ 513 ਆਜ਼ਾਦ ਉਮੀਦਵਾਰਾਂ ਤੋ ਇਲਾਵਾ ਇੱਕ ਟ੍ਰਾਂਸਜੈਂਡਰ ਵੀ ਚੌਣ ਮੈਦਾਨ ਵਿਚੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ ਸ਼੍ਰੀ ਨਿਵਾਸਨ ਦੱਸਿਆ ਹੈ ਕਿ ਲਾਗੋਪੁਰ 파রো ਮੀਨਾਪੁਰ ਅਤੇ ਅਲੋਲੀ आदि नक्सल प्रभावित आठ विधानसभा हलक्यां ਵਿੱਚ મતદાન 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾ ਹਲਕਿਆਂ ਵਿੱਚ ਵੱਧ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ। ਚੋਣ ਕਮਿਸ਼ਨ ਨੇ મતદાન ਦੌਰਾਨ ਵੋਟਰਾਂ, ਚੋਣ ਅਤੇ ਸੁਰੱਖਿਆ ਅਮਲੇ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਚੋਣਾਂ ਦੇ ਦੂਜੇ ਪੜਾਅ ਤਹਿਤ ਭਾਰਤੀ ਜਨਤਾ ਪਾਰਟੀ 45, ਜੀਡੀਯੂ 43 ਅਤੇ ਵਿਕਾਸਸ਼ੀਲ ਇਨਸਾਨ ਪਾਰਟੀ 6 ਸੀਟਾਂ ਤੇ ਚੋਣ ਲੜ ਰਹੀ ਹੈ। ਰਾਸ਼ਟਰੀ ਜਨਤਾਦਲ 56 ਅਤੇ ਕਾਂਗਰਸ ਨੇ 24 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ। ਲੋਕਜਨ ਸ਼ਕਤੀ ਪਾਰਟੀ ਨੇ 52 ਉਮੀਦਵਾਰਾਂ ਨੂੰ ਚੋਣਾਂ ਮੈਦਾਨ ਵਿੱਚ ਉਤਾਰਿਆ ਹੈ RLSP 36 ਬਸਪਾ ਤੇਤੀ ਅਤੇ NCP 29 ਸੀਟਾਂ ਤੇ ਚੋਣ ਲੜ ਰਹੀ ਹੈ ਇਹ મતદાન ਅੱਜ ਸਵੇਰੇ 7 ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਚੱਲੇਗਾ 243 ਮੈਂਬਰੀ ਵਿਧਾਨ ਬਿਹਾਰ ਵਿਧਾਨ ਸਭਾ ਦੀਆਂ ਇਹ ਆਮ ਚੋਣਾਂ ਤਿੰਨ ਪੜਾਵਾਂ ਵਿੱਚ ਕਰਵਾਈਆਂ ਜਾ ਰਹੀਆਂ ਨੇ ਪਹਿਲੇ ਪੜਾਅ ਤਹਿਤ મતદાન 28 ਅਕਤੂਬਰ ਨੂੰ ਹੋ ਚੁੱਕਾ ਹੈ ਦੂਜੇ ਪੜਾਅ ਤਹਿਤ મતદાન ਜਾਰੀ ਹੈ ਜਦਕਿ ਤੀਜੇ ਤੇ ਅੰਤਿਮ ਪੜਾਅ ਤਹਿਤ 7 ਨਵੰਬਰ ਨੂੰ ਵੋਟਾਂ ਪੁਆਈਆਂ ਜਾਣਗੀਆਂ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟਰਾਂ ਨੂੰ ਬਿਹਾਰ ਵਿੱਚ ਲੋਕਤੰਤਰ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਇਸੇ ਦੌਰਾਨ 10 ਸੂਬਿਆਂ ਵਿੱਚ ਪੈਂਦੇ 54 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਲਈ મતદાન ਜਾਰੀ ਹੈ ਇਹ ਵਿਧਾਨ ਸਭਾ ਹਲਕੇ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਝਾਰਖੰਡ ਕਰਨਾਟਕ 오ਡੀਸਾ ਹਰਿਆਣਾ ਛਤੀਸਗੜ ਤੇਲੰਗਾਨਾ ਤੇ ਨਾਗਲੈਂਡ ਵਿੱਚ ਪੈਂਦੇ ਨੇ ਗੁਜਰਾਤ ਵਿੱਚ 8 ਵਿਧਾਨ ਸਭਾ ਹਲਕਿਆਂ ਉੱਤਰ ਪ੍ਰਦੇਸ਼ ਵਿੱਚ ਤੇ 7 ਵਿਧਾਨ ਸਭਾ ਹਲਕਿਆਂ 오ਡੀਸਾ ਦੇ 2 ਵਿਧਾਨ ਸਭਾ ਹਲਕਿਆਂ ਲਈ મતદાન ਅੱਜ ਸਵੇਰੇ ਸ਼ੁਰੂ ਹੋਇਆ ਜੋ ਸ਼ਾਮ ਦੇ 6 ਵਜੇ ਤੱਕ ਚੱਲੇਗਾ ਇਹਨਾਂ ਸਾਰੀਆਂ ਉਪ ਚੋਣਾਂ ਨੂੰ ਕੋਵਿਡ-19 ਦੇ ਪ੍ਰੋਟੋਕਾਲ ਮੁਤਾਬਕ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਅਫਗਾਨਿਸਤਾਨ ਵਿੱਚਲੇ ਕਾਬੁਲ ਯੂਨੀਵਰਸਿਟੀ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ 19 ਵਿਦਿਆਰਥੀਆਂ ਤੇ 22 ਹੋਰਾਂ ਦੇ ਜ਼ਖਮੀ ਹੋਣ ਦੀ ਨਿਖੇਦੀ ਕਰਦਿਆਂ ਇਸ ਨੂੰ ਕਾਇਰਾਨਾ ਹਮਲਾ ਘਰਾੜ ਦਿੱਤਾ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਇਸ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਅਫਗਾਨਿਸਤਾਨ ਵੱਲੋਂ ਅੱਤਵਾਦ ਖਿਲਾਫ ਬਹਾਦਰੀ ਭਰੇ ਸੰਘਰਸ਼ੀਲੀ ਆਪਣਾ ਸਹਿਯੋਗ ਜਾਰੀ ਰੱਖੇਗਾ। ਇਹ ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਵੀ ਕਾਬੁਲ ਯੂਨੀਵਰਸਿਟੀ ਵਿੱਚ ਹੋਏ ਇੱਕ ਜ਼ਬਰਦਸਤ ਹਮਲੇ ਵਿੱਚ 40 ਜਿਆਦਾ ਵਿਦਿਆਰਥੀ ਮਾਰੇ ਗਏ ਸਨ ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਬਿਆਨਾਂ ਵਿੱਚ ਹੋਏ ਵੈਸ਼ਿਆਨਾਤਵਾਦੀ ਹਮਲੇ ਤੇ ਦੁੱਖ ਪ੍ਰਗਟ ਕਰਦਿਆਂ ਨਿਖੇਧੀ ਕੀਤੀ ਹੈ ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਹੈ ਕਿ ਭਾਰਤ ਇਸ ਦੁੱਖ ਦੀ ਘੜੀ ਵਿੱਚ ਆਸਟਰੀਆ ਨਾਲ ਖੜਾ ਹੈ ਕੇਂਦਰੀ ਯੁਵਾ ਮਾਮਲੇ ਦੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਕੱਲ ਜ਼ਿਰਕਪੁਰ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨਵੇਂ ਖੇਤਰੀ ਕੇਂਦਰ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ। ਇਹ ਖੇਤਰੀ ਕੇਂਦਰ ਹੁਣ ਭਾਰਤ ਦੇ ਉੱਤਰੀ ਹਿੱਸੇ ਲਈ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਮੁੱਖ ਕੇਂਦਰ ਦੇ ਤੌਰ ਤੇ ਕੰਮ ਕਰੇਗਾ। ਇਸ ਮੌਕੇ ਤੇ ਬੋਲਦਿਆਂ ਕੇਂਦਰੀ ਖੇਡ ਮੰਤਰੀ ਨੇ ਟ੍ਰੇਨਰਾਂ ਅਤੇ ਐਥਲੀਟਾਂ ਨੂੰ ਵਧਾਈ ਦਿੱਤੀ ਜੋ ਇਸ ਨਵੇਂ ਕੇਂਦਰ ਵਿੱਚ ਸਿਖਲਾਈ ਲੈਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਕੋਵਿਡ-19 ਦੇ ਹਾਲਾਤ ਬਿਹਤਰ ਹੁੰਦੇ ਨੇ ਉਹ ਵਿਅਕਤੀਗਤ ਤੌਰ ਤੇ ਇਸ ਨਵੇਂ ਕੇਂਦਰ ਦਾ ਦੌਰਾ ਕਰਨਗੇ। ਰਿਜੀਜੂ ਨੇ ਕਿਹਾ ਕਿ ਦੇਸ਼ जम्मू ਕਸ਼ਮੀਰ ਅਤੇ ਲੇਹ ਤੋਂ ਹਿਮਾਚਲ ਪ੍ਰਦੇਸ਼ ਤੱਕ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ ਤੇ ਸਰਕਾਰ ਭਾਰਤ ਵਿੱਚ ਵਿਸ਼ਵ ਪੱਧਰ ਦੀਆਂ ਖੇਡ ਸਹੂਲਤਾਂ ਦੇਣ ਦੇ ਮੰਤਵ ਨਾਲ ਇਸ ਖੇਤਰ ਦਾ ਬਹੁਤ ਵਿਕਾਸ ਕਰ ਰਹੀ ਹੈ ਅਤੇ ਇਹ ਸਾਡੇ ਨੌਜਵਾਨ ਖਿਡਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ ਜੋ ਸਾਡੇ ਦੇਸ਼ ਦਾ ਭਵਿਕ ਹਨ ਅਤੇ ਭਾਰਤ ਨੂੰ ਖੇਡ ਰਾਸ਼ਟਰ ਬਣਾਉਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੋਵੇਗੀ ਇਸ ਮੌਕੇ ਪੰਜਾਬ ਖੇਡਾਂ ਦੇ ਡਾਇਰੈਕਟਰ ਡੀਪੀਐਸ ਖਰਬੰਦਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਅਤੇ ਸਕੱਤਰ ਰੋਹਿਤ ਭਾਰਦਵਾਸ਼ ਤੋਂ ਇਲਾਵਾ ਖੇਤਰੀ ਡਾਇਰੈਕਟਰ ਕੋਚ ਅਤੇ ਹੋਰਨਾਂ ਤੋਂ ਇਲਾਵਾ ਐਥਲੀਟ ਵੀ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਮੂੜ ਫੈਲਣ ਦੇ ਖਸ਼ੀਸ਼ੇ ਦੇ ਮੱਦੇਨਜ਼ਰ ਕੋਵਿਡ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੇ ਹਿੱਸੇ ਵਜੋਂ ਕੋਵਿਡ ਪੋਜ਼ਿਟਿਵ ਕੋਵਿਡ ਮਰੀਜ਼ਾਂ ਦੇ ਸੰਬੰਧੀਆਂ ਦੀ ਜਾਂਚ ਦਾ ਦਾਇਰਾ 15 ਵਿਅਕਤੀਆਂ ਤੱਕ ਵਧਾਉਣ ਦੇ ਹੁਕਮ ਦਿੱਤੇ ਨੇ ਮੁੱਖ ਮੰਤਰੀ ਨੇ ਹਸਪਤਾਲਾਂ ਤੇ ਸੀਟੀ ਸਕੈਨ ਕਰਨ ਵਾਲਿਆਂ ਰੇਡੀਓਲੋਜੀ ਲੈਬਾਰਟਰੀਆਂ ਨੂੰ ਹੁਕਮ ਦਿੱਤੇ ਨੇ ਕਿ ਪੋਜ਼ਿਟਿਵ ਵਿਅਕਤੀਆਂ ਦੇ ਸੰਬੰਧੀਆਂ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਤੁਰੰਤ ਸੂਬਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦਵਾਈ ਦੇਣ ਬਾਰੇ ਨਿਰੀਖਣ ਪ੍ਰਣਾਲੀ ਲਈ ਸੂਬੇ ਵਿੱਚ ਪੱਕੀ ਕਮੇਟੀ ਅਤੇ ਸੂਬਾ ਤੇ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸ ਨੂੰ ਕੰਮ ਕਰਨ ਲਈ ਕਿਹਾ ਹੈ ਮੁੱਖ ਮੰਤਰੀ ਨੇ ਸਿਹਤ ਮਹਿਕਮੇ ਨੂੰ ਹਦਾਇਤਾਂ ਕੀਤੀਆਂ ਨੇ ਕਿ ਆਰਟੀ ਪੀਸੀਆ ਟੈਸਟ ਹੀ ਕੀਤੇ ਜਾਣ ਅਤੇ ਰੈਪਿਡ ਕਟੀਜਨ ਟੈਸਟ ਨੂੰ ਘੱਟ ਤਰਜੀਹ ਦਿੱਤੀ ਜਾਵੇ ਇਸ ਦੇ ਨਾਲ ਨਾਲ ਕੈਪਟਨ ਮਰਿੰਦਰ ਸਿੰਘ ਨੇ ਜ਼ਿੰਮਨੀ ਸਥਿਤੀ ਦਾ ਅਨੁਮਾਨ ਲਗਾਉਣ ਲਈ ਇੱਕ ਹੋਰ ਸੀਰੋ ਸਰਵੇ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ ਮੁੱਖ ਮੰਤਰੀ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਜਾਂਚ ਦੀ ਸਹੂਲਤ ਉਪਲਬਧ ਕਰਾਉਣ ਅਤੇ ਬੁਖਾਰ ਤੇ ਫਲੂ ਵਾਲੇ ਸਾਰੇ ਮਰੀਜ਼ਾਂ ਦੇ ਆਰਟੀਪੀਸੀਆ ਟੈਸਟ ਕਰਾਉਣ ਲਈ ਕਿਹਾ ਹੈ ਪੂਰੀ ਚੌਕਸੀ ਵਰਤਣ ਦੀ ਲੋੜ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਸਾਵਧਾਨੀ ਵਰਤਣ ਅਤੇ ਵੱਡੇ ਪੱਧਰ ਤੇ ਕੋਵਿਡ ਜਾਂਚ ਕਰਨ ਦੀ ਲੋੜ ਹੈ ਤਾਂ ਜੋ ਬੀਤੇ ਹਫ਼ਤਿਆਂ ਵਿੱਚ ਜੋ ਸੁਧਾਰ ਦਰਜ ਕੀਤਾ ਗਿਆ ਉਸ ਵਿੱਚ ਫਿਰ ਗਰਾਵਟ ਨਜ਼ਰ ਨਾ ਆਵੇ ਰਾਜਧਾਨੀ ਦਿੱਲੀ ਵਿੱਚ ਕਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਗ੍ਰੈਸ ਖਤਰ ਅਜੀਤ ਕੁਮਾਰ ਪੱਲਾ ਨੇ ਬੀਤੇ ਦਿਨ ਇੱਕ ਮੀਟਿੰਗ ਵਿੱਚ ਤਾਜ਼ਾ ਸਥਿਤੀ ਦਾ ਸਤਿ ਸ੍ਰੀਖਿਆ ਕੀਤੀ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਹੈ ਕਿ ਸਾਰੇ ਐਹਤਿਆਤੀ ਉਪਾਅ ਅਤੇ ਸਬੰਧਤ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਅਤੇ ਐਨਸੀਆਰ ਦਿੱਲੀ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਦਿੱਲੀ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਤੀਜੀ ਵਾਰ ਉਛਾਲ ਦੇਖਿਆ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ ਵਾਧਰੇ ਹੈ ਨਵੇਂ ਮਾਮਲਿਆਂ ਤੇ ਐਕਟਿਵ ਮਾਮਲਿਆਂ ਦੇ ਵਾਧੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਟੈਸਟਿੰਗ, ਰੇਸਿੰਗ ਅਤੇ ਟ੍ਰੀਟਮੈਂਟ ਦੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਕਰੋਨਾ ਮਰੀਜ਼ਾਂ ਲਈ ਰੱਖੇ ਕੇ 15000 ਬਿਸਤਰਾਂ ਵਿੱਚੋਂ 57 ਫੀਸਦੀ ਬਿਸਤਰੇ ਖਾਲੀ ਪਏ ਨੇ। ਦਿੱਲੀ ਵਿੱਚ ਤਿਉਹਾਰੀ ਸੀਜ਼ਨ, ਘਿਰ ਰਹੇ ਤਾਪਮਾਨ ਅਤੇ ਵਧਰੇ ਪ੍ਰਦੂਸ਼ਣ ਧਿਆਨ ਵਿੱਚ ਰੱਖਦੇ ਹਾਂ। ਕੋਵਿਡ-19 ਤੇ ਕਾਬੂ ਪਾਉਣ ਲਈ ਰਣਨੀਤੀ ਬਣਾਉਣ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਹੈ। ਦੇਸ਼ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ ਲਗਾਤਾਰ ਵੇਠਾਂ ਆ ਰਹੇ ਨੇ। ਬੀਤੇ ਦਿਨ ਵਿੱਚ 38310 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਨੇ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 58323 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਂਮਗਰੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਸਿਹਤਯਾਬ ਮਾਮਲਿਆਂ ਦੀ ਕੁੱਲ ਸੰਖਿਆ 76,3121 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਕਾਰਨ 490 ਮੌਤਾਂ ਦਰਜ ਕੀਤੀਆਂ ਗਈਆਂ ਨੇ ਅਤੇ ਹੁਣ ਤੱਕ ਮੌਤਾਂ ਦਾ ਕੁੱਲ ਅੰਕੜਾ 1,23,097 ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 10 ਲੱਖ 46 1247 ਕੋਵਿਡ-19 ਲਈ ਟੈਸਟ ਕੀਤੇ ਗਏ ਜਿਸ ਨਾਲ ਦੇਸ਼ ਭਰ ਵਿੱਚ ਕੀਤੇ ਜਾਣ ਵਾਲੇ ਟੈਸਟਾਂ ਦਾ ਕੁੱਲ ਅੰਕੜਾ 11 ਕਰੋੜ 17 ਲੱਖ 99350 ਤੇ ਪਹੁੰਚ ਗਿਆ ਹੈ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਤੇ ਹੁਣ ਮੌਤ ਦਰ 1.49 ਫੀਸਦੀ ਹੈ ਕੇਂਦਰ ਸਰਕਾਰ ਨੇ 15 ਸੂਬਿਆਂ ਨੂੰ ਉਹਨਾਂ ਦੇ 10 ਲੱਖ ਤੋਂ ਉੱਪਰ ਵੱਸੋਂ ਵਾਲੇ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੁਧਾਰਨ ਲਈ ਉਪਾਅ ਕਰਨ ਸੰਬੰਧੀ 2200 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਇਹ ਰਾਸ਼ੀ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ। ਵਿੱਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਦੱਸਿਆ ਹੈ ਕਿ ਇਸ ਨਾਲ ਲਾਪਾਤਰੀ ਸੂਬਿਆਂ ਨੂੰ ਹਵਾ ਗੁਣਵੱਤਾ ਸੁਧਾਰਨ ਲਈ ਉਪਾਅ ਕਰਨ ਦੇ ਨਾਲ-ਨਾਲ ਆਪਣੇ 10 ਲੱਖ ਤੋਂ ਵੱਧ ਵੱਸੋਂ ਵਾਲੇ ਸ਼ਹਿਰਾਂ ਦੀਆਂ ਸਥਾਨਕ ਸੰਸਥਾਵਾਂ ਵਿੱਚ ਸਮਰੱਥਾ ਉਸਾਰੀ ਲਈ ਮਦਦ ਮਿਲੇਗੀ। ਜਿਹੜੇ ਰਾਜਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਗਈ ਉਨੇ ਆਂਧਰਪ੍ਰਦੇਸ਼ ਗੁਜਰਾਤ ਝਾਰਖੰਡ ਕਰਨਾਟਕ ਮੱਧ ਪ੍ਰਦੇਸ਼ ਮਹਾਰਾਸ਼ਟਰ ਰਾਜਸਥਾਨ ਤਮਿਲਨਾਡੂ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਕੁੱਲ ਰਾਸ਼ੀ ਵਿੱਚੋਂ 396 ਕਰੋੜ 5 ਲੱਖ ਰੁਪਏ ਮਹਾਰਾਸ਼ਟਰ ਨੂੰ 202 ਕਰੋੜ 5 ਲੱਖ ਰੁਪਏ ਗੁਜਰਾਤ ਨੂੰ 357 ਕਰੋੜ ਉੱਤਰ ਪ੍ਰਦੇਸ਼ ਨੂੰ ਅਤੇ 209 ਕਰੋੜ 5 ਲੱਖ ਰੁਪਏ ਪੱਛਮ ਬੰਗਾਲ ਨੂੰ ਜਾਰੀ ਕੀਤੇ ਗਏ ਨੇ ਇਸ ਦਿਨ ਆរី ਖਬਰਾਂ ਦਾ ਬੁਲਟਨ ਖਤਮ ਹੁੰਦਾ ਹੈ ਆਗਿਆ ਦੋ ਨਮਸਕਾਰ